ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਆਪਣੇ ਚੈਨਲ ਜੋਬ ਅਲਰਟ ਬਾਏ ਹਰਦੀਪ ਵਿੱਚ। ਦੋਸਤੋ, ਪੰਜਾਬ ਖੇਤਰ ਵਿੱਚ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵੀਡੀਓ ਚੰਗਾ ਲੱਗਿਆ ਲਾਈਕ ਜ਼ਰੂਰ ਕਰਿਓ। ਚਲੋ ਦੋਸਤੋ, ਅੱਜ ਦਾ ਵੀਡੀਓ ਸਟਾਰਟ ਕਰਦੇ ਹਾਂ। ਦੋਸਤੋ, ਅੱਜ ਦਾ ਨੋਟੀਫਿਕੇਸ਼ਨ ਨੈਸ਼ਨਲ ਹੈਲਥ ਮਿਸ਼ਨ ਡਿਪਾਰਟਮੈਂਟ ਆਫ ਹੈਲਥ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਆਇਆ ਜੀ। ਕਿਵੇਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਏਜ ਕੀ ਹੋਵੇਗੀ, ਕੁਆਲੀਫਿਕੇਸ਼ਨ ਕੀ ਹੋਵੇਗੀ, ਪੂਰਾ ਡਿਟੇਲ 'ਚ ਦੱਸਾਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ, ਇਹਨਾਂ ਪੋਸਟਾਂ ਲਈ ਡਾਇਰੈਕਟ ਤੁਹਾਡਾ ਇੰਟਰਵਿਊ ਹੋਵੇਗਾ ਜੀ। ਇੰਟਰਵਿਊ ਦੇ ਬੇਸ 'ਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਜੀ। ਪੋਸਟ ਨੰਬਰ 1 ਜੀ, ਕੌਂਸਲੈਂਟ ਗੈਨੋਕੋਲੋਜਿਸਟ ਦੀ ਪੋਸਟ ਹੈ ਜੀ, ਪਟਿਆਲਾ ਅਤੇ ਲੁਧਿਆਣਾ ਵਾਸਤੇ ਜੀ। ਦੋ ਪੋਸਟਾਂ ਨੇ ਜੀ। 1,00,000 ਰੁਪਇਆ ਪਰ ਮੰਥ ਸੈਲਰੀ ਦਿੱਤੀ ਜਾਵੇਗੀ। ਕੁਆਲੀਫਿਕੇਸ਼ਨ ਜੀ, MBBS ਵਿਦ MD in ਗੈਨੋਕੋਲੋਜਿਸਟ ਵਿੱਚ ਤੁਸੀਂ ਕੰਪਲੀਟ ਕੀਤੀ ਹੈ। ਰਜਿਸਟਰ ਵਿਦ ਪੰਜਾਬ ਮੈਡੀਕਲ ਕੌਂਸਲ, ਇੰਡੀਅਨ ਮੈਡੀਕਲ ਕੌਂਸਲ ਵਿੱਚ ਤੁਹਾਡਾ ਨਾਮ ਦਰਜ ਹੈ। 5 ਸਾਲਾਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਪੋਸਟ ਨੰਬਰ 2 ਜੀ, ਕੌਂਸਲੈਂਟ ਪੀਡੀਆਟ੍ਰਿਕਸ ਦੀ ਪੋਸਟ ਹੈ ਜੀ, ਪਟਿਆਲਾ ਵਾਸਤੇ ਹੈ ਜੀ। 1 ਪੋਸਟ ਹੈ ਜੀ। 1,00,000 ਰੁਪਇਆ ਪਰ ਮੰਥ ਸੈਲਰੀ ਦਿੱਤੀ ਜਾਵੇਗੀ। ਕੁਆਲੀਫਿਕੇਸ਼ਨ ਜੀ, MBBS ਤੁਸੀਂ ਕੰਪਲੀਟ ਕੀਤੀ ਹੈ ਵਿਦ MD in ਪੀਡੀਆਟ੍ਰਿਕਸ ਵਿੱਚ। ਰਜਿਸਟਰ ਵਿਦ ਪੰਜਾਬ ਮੈਡੀਕਲ ਕੌਂਸਲ, ਇੰਡੀਅਨ ਮੈਡੀਕਲ ਕੌਂਸਲ ਵਿੱਚ ਤੁਹਾਡਾ ਨਾਮ ਦਰਜ ਹੈ। 5 ਸਾਲਾਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਇੰਟਰਵਿਊ ਹੋਵੇਗਾ ਜੀ 1/8/2019 ਨੂੰ ਸਵੇਰੇ 10 ਵਜੇ। ਦੋਸਤੋ, ਇੰਟਰਵਿਊ ਐਡਰੈਸ ਹੈ ਜੀ, ਮਿਸ਼ਨ ਡਾਇਰੈਕਟਰ NHM ਪੰਜਾਬ, 5 ਫਲੋਰ ਪ੍ਰਿਆਸ ਬਿਲਡਿੰਗ, Sector 38B ਚੰਡੀਗੜ੍ਹ ਵਿੱਚ ਤੁਹਾਡਾ ਇੰਟਰਵਿਊ ਹੋਵੇਗਾ ਜੀ। ਔਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫਿਸ਼ਲੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ ਜੀ। ਮੇਰਾ ਵੀਡੀਓ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ। ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ।